ਅੱਜ ਵੀਡੀਓ 'ਚ ਤੁਹਾਨੂੰ ਘੱਟੋ ਘੱਟ 5 ਤੋਂ 6 ਕੋਠੀਆਂ ਦੇਖਣ ਨੂੰ ਮਿਲ ਜਾਣਗੀਆਂ। ਵਧੀਆ ਰੇਟਾਂ 'ਚ ਕੋਠੀਆਂ ਆਪਾਂ ਉਹ ਲੈ ਕੇ ਪਹੁੰਚੇ ਹਾਂ ਜਿਨ੍ਹਾਂ ਦੇ ਮਾਲਕ ਅਤੇ ਪਰਿਵਾਰ ਬਾਹਰ ਰਹਿੰਦੇ ਨੇ, ਬਾਹਰ ਗਏ ਹੋਏ ਨੇ, ਅਤੇ ਪੂਰੀ ਆਪਾਂ ਗੱਲ ਕਰਾਂਗੇ ਵਧੀਆ ਰੇਟਾਂ 'ਚ ਆਪਾਂ ਲੈ ਕੇ ਪਹੁੰਚੇ ਹਾਂ। ਅਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ। ਨੰਬਰ ਹੈ ਜੀ ਆਪਣਾ 7380826173। ਜੇ ਕਿਸੇ ਨੇ ਐਡ ਕਰਵਾਉਣੀ ਹੈ, ਤੁਹਾਡੇ ਕੋਲ ਵੀ ਕੋਠੀ ਘਰ ਮਕਾਨ ਹੈ ਜੀ, ਕਿਸੇ ਵੀ ਏਰੀਏ 'ਚੋਂ ਤੁਸੀਂ ਦੇਖ ਰਹੇ ਹੋ, ਤੁਸੀਂ ਵੇਚਣਾ ਚਾਹੁੰਦੇ ਹੋ, ਕਿਸੇ ਵੀ ਕਾਰਨ ਕਰਕੇ ਵੇਚਣੀ ਹੈ, ਆਪਣੇ ਕੋਲ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫ੍ਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਅਤੇ ਤੁਹਾਡੀ ਕੋਠੀ ਤੁਹਾਡੇ ਘਰ ਬੈਠੀ ਹੀ ਸੇਲ ਹੋ ਜੂਗੀ 6 ਤੋਂ 6। ਨਵੀਆਂ ਨਵੀਆਂ ਕੋਠੀਆਂ ਅਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਇੱਕ ਬੈੱਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਕੋਠੀ ਤੋਂ। ਜਿਹੜੀ ਕੋਠੀ ਅੱਜ ਆਪਾਂ ਇਹ ਲੈ ਕੇ ਪਹੁੰਚੇ ਹਾਂ, ਇਹ 99 ਗਜ਼ ਜਗ੍ਹਾ ਦੇ ਵਿੱਚ ਬਣੀ ਹੋਈ ਹੈ, ਜਗ੍ਹਾ ਦੀ ਰਜਿਸਟਰੀ ਹੈਗੀ ਹੈ ਅਤੇ ਕੋਠੀ ਬਹੁਤ ਵਧੀਆ ਜੀ, ਅਤੇ ਇਹਨਾਂ ਨੇ ਵਧੀਆ ਬਣਾਈ ਹੋਈ ਹੈ। ਬਾਕੀ ਵੀਡੀਓ 'ਚ ਇਕੱਲੀ ਇਕੱਲੀ ਗੱਲ ਆਪਾਂ ਕਰਾਂਗੇ, ਸਾਰਾ ਕੁਛ ਤੁਹਾਨੂੰ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲ ਜਾਊਗਾ ਜੀ। ਅਤੇ ਕੋਠੀ ਦੀ ਵੀਡੀਓ ਆਪਾਂ ਦੇਖ ਰਹੇ ਹਾਂ ਜੀ, ਅਤੇ ਵਧੀਆ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲ ਜੂਗਾ। ਜਿਹੜਾ ਮੇਨ ਗੇਟ ਹੈ ਜੀ, ਮੇਨ ਗੇਟ 'ਚ ਜਦੋਂ ਆਪਾਂ ਐਂਟਰ ਕਰਦੇ ਹਾਂ, ਪਹਿਲਾਂ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ, ਪੋਰਚ ਵਧੀਆ ਦੇਖਣ ਨੂੰ ਮਿਲ ਜੂਗਾ, ਪੋਰਚ ਦੇ ਵਿੱਚੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ। ਅਤੇ ਕੋਠੀ ਆਪਣੇ ਕੋਲ ਬਹੁਤ ਵਧੀਆ ਲੋਕੇਸ਼ਨ 'ਤੇ ਪਹੁੰਚੀ ਆ। ਆਪਾਂ ਨੂੰ ਟੋਟਲ 3 ਬੈੱਡਰੂਮ ਦੇਖਣ ਨੂੰ ਮਿਲ ਜਾਣਗੇ, ਡਰਾਇੰਗ ਰੂਮ ਅਤੇ ਬਾਥਰੂਮ। ਅਤੇ ਮਾਲਕ ਹੋਰੀ ਬਾਹਰ ਚੱਲੇ ਨੇ, ਮਾਲਕ ਅਤੇ ਸਾਰਾ ਪਰਿਵਾਰ ਬਾਹਰ ਚੱਲੇ ਨੇ, ਤਾਂ ਕਰਕੇ ਇਹਨਾਂ ਨੇ ਜਿਹੜੀ ਕੋਠੀ ਇਹ ਸੇਲ ਕਰਨੀ ਹੈ। ਪਾਣੀ ਦੀ ਸਪਲਾਈ ਵਧੀਆ ਅਤੇ ਰੇਟ ਜਿਹੜਾ ਇਹਨਾਂ ਨੇ ਡਿਮਾਂਡ ਕੀਤੀ ਹੈ 30 ਲੱਖ ਰੁਪਏ ਕੀਤੀ ਹੈ ਜੀ। 30 ਲੱਖ ਇੱਕ ਵਾਰੀ ਡਿਮਾਂਡ ਹੈ, ਕੋਈ ਫਿਕਸ ਰੇਟ ਨਹੀਂ ਹੈਗਾ। ਮਾਲਕ ਨੇ ਕਿਹਾ ਵੀ ਹੈ ਵੀ ਬਹਿ ਕੇ ਰੇਟ ਕਰ ਲਾਂਗੇ, ਇੱਕ ਵਾਰੀ ਸਿਰਫ ਡਿਮਾਂਡ ਹੈ। ਅਤੇ ਆਪਣੇ ਕੋਲ ਕੋਠੀ ਇਹ ਜਿਹੜੀ ਪਹੁੰਚੀ ਆ ਲੁਧਿਆਣੇ ਏਰੀਏ 'ਚੋਂ ਪਹੁੰਚੀ ਹੈ ਜੀ। ਲੁਧਿਆਣਾ ਇਹਨਾਂ ਦਾ ਏਰੀਆ, ਬਸਤੀ ਜੋਧੇਵਾਲ, ਠੀਕ ਹੈ ਜੀ। ਅਤੇ ਕੈਲਾਸ਼ ਨਗਰ ਰੋਡ ਤੋਂ 1 ਕਿਲੋਮੀਟਰ ਦੇ ਅੰਡਰ ਹੀ ਹੈ ਜੀ, ਇਹ ਸ਼ਿਮਲਾ ਕਲੋਨੀ ਹੈ ਜੀ, ਅਤੇ ਗਲੀ ਨੰਬਰ 6 ਦੇ ਵਿੱਚ। 30 ਲੱਖ ਰੁਪਏ ਡਿਮਾਂਡ ਹੈ। ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ, 9808355755। ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲਿਓ, ਰੇਟ ਬਹਿ ਕੇ ਹੋ ਜੂਗਾ ਅਤੇ ਗੱਲਬਾਤ ਕਰਕੇ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ। ਅਤੇ ਕੋਠੀ ਦੀ ਵੀਡੀਓ ਹਾਲੇ ਸ਼ੁਰੂ ਹੋਈ ਹੈ, ਖਤਮ ਨਹੀਂ ਹੋਈ, ਕਦੇ ਤੁਸੀਂ ਵੀਡੀਓ ਨੂੰ ਕੱਟ ਦਿਓ ਜੀ, ਕੱਟਿਓ ਨਾ, ਅੱਗੇ ਹੋਰ ਬਹੁਤ ਸਾਰੀਆਂ ਕੋਠੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਜਿਹੜੀ ਕੋਠੀ ਹੁਣ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇਹਨਾਂ ਨੇ ਵੀਡੀਓ ਬਹੁਤ ਵਧੀਆ ਬਣਾ ਕੇ ਭੇਜੀ ਹੈ, ਅਤੇ ਜਿੰਨੀ ਸੋਹਣੀ ਇਹਨਾਂ ਨੇ ਵੀਡੀਓ ਬਣਾ ਕੇ ਆਪਣੇ ਕੋਲ ਭੇਜੀ ਹੈ, ਇੰਨੀ ਸੋਹਣੀ ਇਹਨਾਂ ਦੀ ਕੋਠੀ ਹੈ, ਬਹੁਤ ਸੋਹਣੇ ਢੰਗ ਨਾਲ ਤਿਆਰ ਕਰਵਾਈ ਹੋਈ ਹੈ ਇਹਨਾਂ ਨੇ, ਬਹੁਤ ਰੀਝਾਂ ਨਾਲ ਤਿਆਰ ਕਰਵਾਈ ਹੋਈ ਹੈ। ਜਿਹੜੇ ਮਾਲਕ ਨੇ ਕੋਠੀ ਦੇ, ਉਹ ਆਪ ਤਾਂ ਪਹਿਲਾਂ ਹੀ ਕੈਨੇਡਾ ਰਹਿੰਦੇ ਨੇ, ਅਤੇ ਹੁਣ ਸਾਰੇ ਪਰਿਵਾਰ ਨੇ ਨਾਲ ਜਾਣਾ। ਪਹਿਲਾਂ ਸਾਰਾ ਪਰਿਵਾਰ ਇੱਥੇ ਹੀ ਸੀਗਾ ਅਤੇ ਆਪਦੀ ਕੋਠੀ ਇਹਨਾਂ ਨੇ ਰਹਿਣ ਵਾਸਤੇ ਬਣਵਾਈ ਸੀਗੀ, ਪਰ ਇਹਨਾਂ ਦਾ ਸਾਰਿਆਂ ਦਾ ਬਾਹਰ ਦਾ ਪਲੈਨ ਬਣ ਗਿਆ, ਤਾਂ ਕਰਕੇ ਜਿਹੜੀ ਕੋਠੀ ਇਹ ਸੇਲ ਕਰਨੀ ਹੈ ਜੀ, ਕਿਉਂਕਿ ਇੱਥੇ ਲੋੜ ਤਾਂ ਹੈ ਨਹੀਂ। ਬਾਅਦ ਦੇ ਵਿੱਚ ਮਾਲਕ ਕਹਿੰਦੇ ਸੀਗੇ ਵੀ ਜਦੋਂ ਕਦੇ ਆਏ ਵਾਪਿਸ ਉਦੋਂ ਹੋਰ ਕੋਠੀ ਲੈ ਲਾਂਗੇ, ਇੱਕ ਵਾਰੀ ਇਹ ਕੋਠੀ ਸੇਲ ਕਰਨੀ ਹੈ, ਕਿਉਂਕਿ ਨਵੀਂ ਬਣਾਈ ਹੈ, ਸਾਰੇ ਬਾਹਰ ਵਗ ਜਾਣਗੇ ਅਤੇ ਕੋਠੀ ਖਰਾਬ ਹੀ ਹੋ ਜਾਣੀ ਹੈ, ਮਾਲਕ ਨੇ ਕਿਹਾ। ਅਤੇ ਡਿਮਾਂਡ ਜਿਹੜੀ ਇਹਨਾਂ ਨੇ ਕੀਤੀ ਹੈ 30 ਲੱਖ ਰੁਪਈਆ ਕੋਠੀ ਦੀ ਕੀਤੀ ਹੈ, 8.5 ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ। ਅਤੇ ਕੋਠੀ ਸੋਹਣੀ ਹੈ, ਵਧੀਆ ਕੋਠੀ ਹੈ, ਕਿਸੇ ਨੂੰ ਪਸੰਦ ਜੇ ਆਵੇ ਤਾਂ ਗੱਲ ਕਰ ਲਿਓ ਮਾਲਕ ਨਾਲ। ਅਤੇ ਆਪਣੇ ਕੋਲ ਜਿਹੜੀ ਇਹ ਕੋਠੀ ਪਹੁੰਚੀ ਹੈ ਤਲਵੰਡੀ ਰੋਡ
ਵਿਲੇਜ ਟਹਿਣਾ ਫਰੀਦਕੋਟ। ਅਤੇ ਕੋਠੀ ਸੋਹਣੀ ਹੈ, ਬਾਕੀ ਤੁਹਾਡੇ ਸਾਹਮਣੇ ਹੈ। ਕਿਸੇ ਨੂੰ ਕੋਠੀ ਪਸੰਦ ਆ ਰਹੀ ਹੈ ਜੀ, ਜਿੰਨੇ ਤੁਸੀਂ ਦੇਖ ਰਹੋ, ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ, ਕੋਠੀ ਵਧੀਆ ਲੱਗ ਰਹੀ ਹੈ, ਪਸੰਦ ਆ ਰਹੀ ਹੈ, ਤਾਂ ਮਾਲਕ ਨਾਲ ਗੱਲ ਕਰ ਲਿਓ। 9518082875 ਮਾਲਕ ਦਾ ਨੰਬਰ ਹੈ, ਗੱਲ ਕਰ ਲਿਓ ਤੁਸੀਂ ਆਪੇ। ਅਤੇ ਇਹ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਜੀ। ਕਮੈਂਟ ਕਰਨਾ ਨਾ ਭੁੱਲਿਓ। ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ 'ਤੇ, ਇਸੇ ਤਰ੍ਹਾਂ ਦੀ ਡੇਲੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ, ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ, ਉਹਨੂੰ ਵੀ ਲਾਜ਼ਮੀ ਦੱਬ ਦਿਓ, ਵੀਡੀਓ ਨੂੰ ਲਾਈਕ ਵੀ ਕਰ ਦਿਓ, ਠੀਕ ਹੈ ਜੀ। ਬਾਕੀ ਕੋਠੀ ਤੁਸੀਂ ਖਰੀਦਣਾ ਚਾਹੁੰਦੇ ਹੋ, ਮਾਲਕ ਨਾਲ ਕਰੋ ਗੱਲ, ਨੰਬਰ ਤੁਹਾਨੂੰ ਮੈਂ ਦੇ ਦਿੱਤਾ, ਅਤੇ ਗੱਲ ਕਰਕੇ ਰੇਟ ਮੁਕਾ ਕੇ ਕੋਠੀ ਨੂੰ ਖਰੀਦ ਦਿਓ ਜੀ। ਇਹ ਜਿਹੜੀ ਕੋਠੀ ਹੈ, ਇਹ ਇੱਕ ਕਨਾਲ ਜਗ੍ਹਾ ਦੇ ਵਿੱਚ ਬਣੀ ਹੋਈ ਹੈ। ਬਾਕੀ ਇਹਨਾਂ ਨੇ ਵੀਡੀਓ ਬਹੁਤ ਸੋਹਣੀ ਆਪਣੇ ਕੋਲ ਬਣਾ ਕੇ ਭੇਜੀ ਹੈ, ਸਾਰਾ ਕੁਛ ਇਹਨਾਂ ਨੇ ਦਿਖਾਇਆ, ਅਤੇ ਵਧੀਆ ਤਿਆਰ ਕਰਵਾਈ ਹੋਈ ਹੈ। ਜੇ ਆਪਾਂ ਵਿਹੜੇ ਦੇ ਵਿੱਚ ਗੱਲ ਕਰੀਏ ਤਾਂ ਲੋਕ ਟਾਈਲਾਂ ਲੱਗੀਆਂ ਹੋਈਆਂ, ਅੰਦਰੋਂ ਜੇ ਦੇਖੀਏ ਆਪਾਂ ਤਾਂ ਲੋਬੀ, ਕਿਚਨ, ਜਿੰਨੇ ਬੈਡਰੂਮ ਨੇ ਵਧੀਆ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ। ਅਤੇ ਮਾਲਕ ਨੇ ਕਿਹਾ ਵੀ ਕੋਠੀ ਦੇ ਵਿੱਚ ਜਿੰਨਾ ਵੀ ਸਮਾਨ ਹੈ ਅਸੀਂ ਨਾਲ ਸਾਰਾ ਕੁਛ ਵੇਚ ਦਾਂਗੇ ਜੇ ਕਿਸੇ ਨੇ ਲੈਣਾ ਹੋਵੇ। ਆਪਣੇ ਕੋਲ ਇੱਕ ਕਨਾਲ ਜਗ੍ਹਾ ਦੇ ਵਿੱਚ ਕੋਠੀ ਪਹੁੰਚੀ ਹੈ, ਰਜਿਸਟਰੀ ਵਾਲੀ ਜਗ੍ਹਾ ਹੈ, ਅਤੇ ਇਹਨਾਂ ਨੂੰ ਜਿਹੜੀ ਲੋਕੇਸ਼ਨ ਲੱਗਦੀ ਹੈ ਬਠਿੰਡਾ 10 ਕਿਲੋਮੀਟਰ ਰਹਿ ਜਾਂਦਾ। ਜੇ ਕਿਸੇ ਨੇ ਦੇਖਣੀ ਹੈ ਤਾਂ ਬਠਿੰਡੇ ਜਾ ਕੇ ਤੁਸੀਂ ਮਾਲਕ ਨਾਲ ਗੱਲ ਕਰ ਲਿਓ। ਇਹਨਾਂ ਦਾ ਪਿੰਡ ਹੈ ਜੀ ਗੈਰੀ ਭਾਗੀ, ਕੁੱਲ 9-10 ਕਿਲੋਮੀਟਰ ਰਹਿ ਜਾਂਦਾ ਬਠਿੰਡੇ ਤੋਂ। ਜੇ ਕਿਸੇ ਨੂੰ ਸਿੱਧਾ ਪਤਾ ਹੈ ਪਿੰਡ ਦਾ, ਸਿੱਧਾ ਪਿੰਡ ਜਾ ਕੇ ਗੱਲ ਕਰ ਲਿਓ, ਠੀਕ ਹੈ ਜੀ। ਤੁਹਾਨੂੰ ਮਾਲਕ ਦੱਸ ਦੇਣਗੇ ਕਿੱਥੇ ਜਾਣਾ, ਬਾਕੀ ਤੁਹਾਨੂੰ ਵਟਸਐਪ 'ਤੇ ਲੋਕੇਸ਼ਨ ਵੀ ਸ਼ੇਅਰ ਕਰ ਦੇਣਗੇ। ਜੇ ਕਿਸੇ ਨੇ ਜਾ ਕੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ। ਡਿਮਾਂਡ ਜਿਹੜੀ ਕੋਠੀ ਦੀ ਇਹਨਾਂ ਨੇ ਕੀਤੀ ਹੈ ਉਹ 40 ਲੱਖ ਰੁਪਏ ਕੀਤੀ ਹੈ ਜੀ। ਅਤੇ ਜਗ੍ਹਾ ਤੁਸੀਂ ਦੇਖ ਲਈ, ਕੋਠੀ ਦੇਖ ਲਈ, ਆਸੇ ਪਾਸੇ ਦੀ ਲੋਕੇਸ਼ਨ ਦੇਖ ਲਈ। ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜ਼ਰੂਰ ਦੱਸੋ, ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਕਮੈਂਟ ਕਰਕੇ ਜੀ, ਠੀਕ ਹੈ ਜੀ। ਅਤੇ ਖੇਤ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ, ਜਿਹੜਾ ਇਹਨਾਂ ਦਾ ਪਿੰਡ ਹੈ ਗੇਰੀ ਭਾਗੀ, ਉਹ ਤੋਂ 1 ਜਾਂ 1.5 ਕਿਲੋਮੀਟਰ ਮਸਾਂ ਜੀ ਇਹਨਾਂ ਦਾ ਖੇਤ। ਵਾਰੋ ਵਾਰ ਕੋਠੀ ਬਣੀ ਹੋਈ ਹੈ, ਸੋਹਣੀ ਬਣੀ ਹੋਈ ਹੈ, ਰੈਡੀ ਕੀਤੀ ਹੋਈ ਹੈ, ਜੋੜੀਆਂ ਦਾ ਸਾਰਾ ਕੰਮ ਹੋਇਆ, ਲਾਈਟ ਦਾ ਸਾਰਾ ਕੰਮ ਹੋਇਆ, ਬਾਕੀ ਤੁਸੀਂ ਸਾਰਾ ਕੁਛ ਦੇਖ ਹੀ ਰਹੇ ਹੋ ਜੀ। ਜਿਹੜੇ ਮਾਲਕ ਨੇ ਉਹਨਾਂ ਨੇ ਆਪਦਾ ਨੰਬਰ ਦਿੱਤਾ 75279857755। ਜਿਹੜੇ ਕੋਠੀ ਦੇ ਮਾਲਕ ਨੇ ਉਹਨਾਂ ਨੇ ਦੱਸਿਆ ਵੀ ਮੈਂ 10 ਸਾਲਾਂ ਤੋਂ ਬਾਹਰ ਰਹਿੰਦਾ, ਅਤੇ ਪਰਿਵਾਰ ਇੱਥੇ ਹੀ ਸੀਗਾ, ਹੁਣ ਪਰਿਵਾਰ ਨੇ ਨਾਲ ਹੀ ਜਾਣਾ ਜੀ, ਸਾਰੇ ਟੱਬਰ ਨੇ ਨਾਲ ਹੀ ਜਾਣਾ, ਤਾਂ ਕਰਕੇ ਇਹਨਾਂ ਨੇ ਆਪਦੀ ਜਿਹੜੀ ਇਹ ਕੋਠੀ ਹੈ ਸੇਲ ਕਰਨੀ ਹੈ। ਕਿਸੇ ਨੂੰ ਵੀ ਪਸੰਦ ਆਈ ਹੈ ਮਾਲਕ ਨਾਲ ਕਰੋ ਗੱਲ। ਹੁਣ ਦੇਖੋ ਜੀ, ਤੁਸੀਂ ਇੱਕ ਘਰ ਦੇਖੋ ਕੋਠੀ ਵਾਂਗੂ ਬਣਿਆ ਹੋਇਆ, ਰੇਟ ਜਮ੍ਹਾਂ ਘੱਟ ਇਹਨਾਂ ਨੇ ਮੰਗਿਆ, ਸਿਰਫ ਡਿਮਾਂਡ ਕੀਤੀ ਹੈ 14 ਲੱਖ ਰੁਪਈਆ ਜੀ। ਬਾਕੀ ਮਾਲਕ ਨੇ ਕਿਹਾ ਵੀ ਘਾਟਾ ਵਾਧਾ ਕਰ ਲਾਂਗੇ, ਬਹਿ ਕੇ 8 ਮਰਲੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ, ਅਤੇ 8 ਮਰਲੇ ਤੋਂ ਥੋੜ੍ਹੀ ਜਿਹੀ ਉੱਪਰੀ ਜਗ੍ਹਾ ਮਿਲੂਗੀ ਆਪਾਂ ਨੂੰ, ਘੱਟ ਨਹੀਂ ਮਿਲਣੀ। ਰਜਿਸਟਰੀ ਹੋਈ ਹੈ, ਰਜਿਸਟਰੀ ਵਾਲੀ ਜਗ੍ਹਾ ਆਪਾਂ ਨੂੰ ਮਿਲੂਗੀ ਇਹ। ਜਿਹੜੀ ਇਹਨਾਂ ਨੇ ਡਿਮਾਂਡ ਕੀਤੀ ਹੈ 14 ਲੱਖ ਰੁਪਈਆ, ਕੋਈ ਫਿਕਸ ਨਹੀਂ ਕੀਤੀ, ਘਾਟਾ ਵਾਧਾ ਕੀਤਾ ਜਾਊਗਾ। ਕਿਸੇ ਨੂੰ ਵੀ ਘਰ ਪਸੰਦ ਆਵੇ ਹੀ ਤਾਂ ਨਵਾਂਸ਼ਹਿਰ ਮਾਲਕ ਦਾ ਏਰੀਆ ਜਾ ਕੇ ਤੁਸੀਂ ਦੇਖ ਸਕਦੇ ਹੋ। ਬਾਕੀ ਬਿਹੜਾ ਆਪਾਂ ਨੂੰ ਵਧੀਆ ਮਿਲ ਜੂਗਾ, ਘਰ ਵੀ ਵਧੀਆ ਬਣਿਆ ਹੋਇਆ, ਸੋਹਣਾ ਘਰ ਬਣਿਆ ਹੋਇਆ, ਕਿਸੇ ਨੂੰ ਵੀ ਪਸੰਦ ਆਇਆ ਨਵਾਂਸ਼ਹਿਰ ਜਾ ਕੇ ਦੇਖ ਸਕਦੇ ਹੋ। ਅਤੇ ਬਾਥਰੂਮ ਵਗੈਰਾ ਆਪਾਂ ਨੂੰ ਵਧੀਆ ਮਿਲ ਜੂਗਾ, ਰਸੋਈ ਵਧੀਆ ਬਣਾਈ ਹੋਈ ਹੈ, ਬਾਕੀ ਅੰਦਰੋਂ ਜੇ ਦੇਖੀ ਆਪਾਂ ਲੋਬੀ ਵਗੈਰਾ ਕਮਰੀ ਸਾਰਾ ਕੁਛ ਆਪਾਂ ਨੂੰ ਵਧੀਆ ਮਿਲੂਗਾ। ਕਿਸੇ ਨੂੰ ਵੀ ਪਸੰਦ ਆਇਆ ਇਹ ਘਰ ਤਾਂ ਮਾਲਕ ਨਾਲ ਗੱਲ ਕਰ ਲਿਓ, 97-810-53-443 ਇਹ ਮਾਲਕ ਦਾ ਮੋਬਾਈਲ ਨੰਬਰ ਹੈ ਜੀ।
ਨਵਾਂ ਸ਼ਹਿਰ ਮਾਲਕ ਦਾ ਏਰੀਆ ਅਤੇ ਜਾ ਕੇ ਦੇਖ ਸਕਦੇ ਹੋ। ਜੇ ਕਿਸੇ ਨੂੰ ਪਸੰਦ ਆਇਆ ਗੱਲ ਕਰ ਲਿਓ ਮਾਲਕ ਨਾਲ ਡਾਇਰੈਕਟ। ਅਤੇ ਮਾਲਕ ਨੇ ਦੱਸਿਆ ਵੀ ਜਿੰਨੇ ਇਹਨਾਂ ਦੇ ਰਿਸ਼ਤੇਦਾਰ ਨੇ ਸਾਰੇ ਬਾਹਰ ਰਹਿੰਦੇ ਨੇ ਅਤੇ ਉਹਨਾਂ ਨੇ ਸੱਦਿਆ ਅਤੇ ਇਹਨਾਂ ਨੇ ਮਤਲਬ ਕਿ ਸਾਰਿਆਂ ਨਾਲ ਹੀ ਸਾਰੇ ਪਰਿਵਾਰ ਨਾਲ ਹੀ ਉਹਨਾਂ ਕੋਲ ਹੀ ਰਿਸ਼ਤੇਦਾਰਾਂ ਕੋਲ ਹੀ ਬਾਹਰ ਹੀ ਜਾਣਾ ਗਾ, ਤਾਂ ਕਰਕੇ ਆਪਦਾ ਘਰ ਇਹਨਾਂ ਨੇ ਵੇਚਣਾ ਗਾ। ਵਧੀਆ ਘਰ ਆ, ਬਾਕੀ ਤੁਹਾਨੂੰ ਸਾਰਾ ਕੁਛ ਦੇਖਣ ਨੂੰ ਮਿਲ ਹੀ ਗਿਆ। ਵੀਡੀਓ ਦੇ ਵਿੱਚ ਸਾਰਾ ਕੁਛ ਆਪਾਂ ਦੱਸ ਹੀ ਦਿੱਤਾ, ਇਕੱਲੀ ਇਕੱਲੀ ਗੱਲ ਆਪਾਂ ਕਰ ਹੀ ਲਈ। ਅਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਦੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ। ਵੀਡੀਓ ਵਧੀਆ ਲੱਗੀ ਹੈ, ਪਸੰਦ ਆਈ ਹੈ ਜੀ, ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਲਾਈਕ ਜ਼ਰੂਰ ਕਰ ਦਿਓ। ਜਿੰਨੇ ਤੁਸੀਂ ਪਹੁੰਚੇ ਹੋ ਸਬਸਕ੍ਰਾਈਬ ਕਰ ਦਿਓ ਜੀ ਸਾਰੇ ਚੈਨਲ ਨੂੰ, ਅਤੇ ਜਿੰਨੇ ਤੁਸੀਂ ਦੇਖ ਰਹੋ ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ ਸਾਰੇ ਸਪੋਰਟ ਕਰਿਓ, ਸਾਰੇ ਜਣੇ ਬਹੁਤ ਜ਼ਿਆਦਾ ਪਿਆਰ ਦਿਓ ਵੀਡੀਓ ਨੂੰ। ਅਤੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ, ਸਭ ਤੋਂ ਵਧੀਆ ਕੋਠੀ ਤੁਹਾਨੂੰ ਕਿਹੜੀ ਲੱਗੀ, ਸਭ ਤੋਂ ਵਧੀਆ ਪਸੰਦ ਕਿਹੜੀ ਆਈ ਤੁਹਾਨੂੰ ਜ਼ਰੂਰ ਦੱਸਿਓ ਜੀ। ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲ ਕਿਸੇ ਵੀ ਏਰੀਏ 'ਚ ਕੋਠੀ ਘਰ ਮਕਾਨ ਹੈ ਜੀ, ਤੁਸੀਂ ਵੇਚਣਾ ਚਾਹੁੰਦੇ ਹੋ, ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ, 10-12 ਫੋਟੋਆਂ ਫਰੀ 'ਚ ਆਪਾਂ ਐਡ ਲਗਾ ਦਾਂਗੇ। ਨੰਬਰ ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਚੱਲਦਾ ਰਹਿੰਦਾ, 73-800 ਪੂਰਾ 26-173 ਭੇਜੋ ਜੀ। ਬਾਕੀ ਅੱਜ ਆਪਾਂ ਲਾਈਕ ਦਾ ਟਾਰਗੇਟ ਕਰਦੇ ਹਾਂ ਜੀ, ਦੇਖਦੇ ਹਾਂ ਕੰਪਲੀਟ ਹੁੰਦਾ ਜਾਂ ਨਹੀਂ। ਵੈਸੇ ਹੀ ਕਹਿੰਦੇ ਸੀ 1000 ਲਾਈਕ ਕਰ ਦਿਓ, ਅਤੇ ਵੱਧ ਤੋਂ ਵੱਧ ਪਿਆਰ ਦਿਓ ਜੀ ਸਾਰੇ ਜਿੰਨੇ ਦੇਖ ਰਹੇ ਹੋ, ਲਾਈਕ ਜ਼ਰੂਰ ਕਰਿਓ, 1000 ਲਾਈਕ ਕੰਪਲੀਟ ਕਰਵਾ ਦਿਓ ਜੀ ਅੱਜ ਦੀ ਆਪਣੀ ਵੀਡੀਓ 'ਤੇ।